ਅਸਿਕਾ ਜੀ ਅਸੀਂ ਦਿੱਲੂ ਦੇ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਪਰ ਖੜੇ ਹਾਂ ਜਿੱਥੋਂ ਇਹ ਵੱਖਰੇ ਵੱਖਰੇ ਪ੍ਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਇਹਨਾਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਿੱਥੇ ਮੋਰਚਾ ਲਾ ਕੇ ਬੈਠੀਆਂ ਹੋਈਆਂ ਹੈ ਉੱਥੇ ਭਰਾਤਰੀ ਜਥੇਬੰਦੀਆਂ ਵੱਡੇ ਪੱਧਰ ਤੇ ਇਹਨਾਂ ਕਿਸਾਨੀ ਜਿਹੜੀਆਂ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਲਗਾਤਾਰ ਪਹੁੰਚ ਰਹੀਆਂ ਅੱਜ ਅਸੀਂ ਕੁੰਡਲੀ ਬਾਰਡਰ ਦੇ ਉੱਪਰ ਖੜੇ ਹਾਂ ਜਿੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨੌਜਵਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਕੁੰਡਲੀ ਬਾਰਡਰ ਦੇ ਉੱਪਰ ਇਹਨਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਪਹੁੰਚੇ ਆ ਉੱਥੇ ਅੱਜ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਨੂੰ ਸਮਰਪਿਤ ਇੱਕ ਜਿਹੜੀ ਲਹਿਰ ਹੈ ਇਹ ਚਲੀ ਹੈ ਕਿਸਾਨੀ ਦੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਤੇ ਪੱਗਾਂ ਦਸਤਾਰਾ ਸਜਾ ਕੇ ਕੇਸਰੀ ਇਹ ਇੱਕ ਸੁਨੇਹਾ ਦੇ ਰਹੀ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਹਾਲੇ ਵੀ ਕਿਰਾਏ ਪੇ ਹੋਏ ਆ ਤੇ ਪਿੰਡਾਂ ਦੇ ਵਿੱਚ ਬੈਠੇ ਹੋਏ ਆ ਇਹ ਉਹਨਾਂ ਨੂੰ ਸੁਨੇਹਾ ਦੇ ਰਿਹਾ ਵੀ ਉਹ ਪਹੁੰਚਣ ਇਹਨਾਂ ਬਾਰਡਰਾਂ ਦੇ ਉੱਪਰ ਪਹੁੰਚਣ ਜਿੱਥੇ ਇਹ ਅੰਦੋਲਨ ਚੱਲਦਾ ਪਿਆ ਆ ਜਿਹੜਾ ਕਿਸਾਨੀ ਮਸਲਿਆਂ ਤੋਂ ਲੈ ਕੇ ਅੱਜ ਜਨ ਅੰਦੋਲਨ ਬਣ ਗਿਆ ਆ ਤੇ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਅੱਡੋ ਅੱਡ ਜਿੱਥੇ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਖੜੇ ਆ ਨੌਜਵਾਨ ਨਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜਿਹੜਾ ਝੰਡਾ ਲੈ ਕੇ ਕੇਸਰੀ ਦਸਤਾਰਾ ਸਜਾ ਕੇ ਇੱਕ ਸੁਨੇਹਾ ਦੇ ਰਹੇ ਆ ਵੀ ਕਿਸ ਪ੍ਰਕਾਰ ਦੇ ਨਾਲ ਜਿੱਥੇ ਸਾਡੇ ਬਜ਼ੁਰਗ ਇਹਨਾਂ ਕਿਸਾਨੀ ਮਸਲਿਆਂ ਨੂੰ ਲੈ ਕੇ ਸਰਕਾਰ ਦੇ ਨਾਲ ਆਡਾ ਲੈ ਕੇ ਬੈਠੇ ਹੋਏ ਆ ਉੱਥੇ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪੰਜਾਬ ਤੇ ਭਾਰਤ ਦੀਆਂ ਹੋਰ ਖਿੱਤਿਆਂ ਦੇ ਵਿੱਚੋਂ ਨਿਕਲ ਕੇ ਇਹਨਾਂ ਸੰਘਰਸ਼ਾਂ ਦੇ ਵਿੱਚ ਪਹੁੰਚ ਰਹੇ ਆ ਚਾਹਾਂਗੇ ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰੀਏ ਤੇ ਨੌਜਵਾਨ ਵੀ ਆਪਣੀ ਵਿਚਾਰ ਉਹ ਰੱਖਣ ਵੀ ਹੋਰਾਂ ਨੂੰ ਵੀ ਸੁਨੇਹਾ ਦੇਣ ਵੀ ਕਾਫਲੇ ਵੱਡੇ ਕਰਕੇ 26 ਤਰੀਕ ਨੂੰ ਜਿਹੜਾ ਐਲਾਨ ਕੀਤਾ ਹੈ ਕਿਸਾਨ ਜਥੇਬੰਦੀਆਂ ਦੀ ਕਿਸਾਨ ਪਰੇਡ ਦਾ ਉਹਦੇ ਵਿੱਚ ਹੋਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਣ ਇਹ ਸਾਡੇ ਨਾਲ ਨੌਜਵਾਨ ਹੈ ਜਿਹੜੇ ਵੱਡਾ ਜੱਥਾ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਹੁੰਚੇ ਆ ਉਹ ਦੋ ਸ਼ਬਦ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚ ਬੈਠੇ ਉਹਨਾਂ ਨੂੰ ਸੁਨੇਹਾ ਦਿੰਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਇੱਥੇ ਆਣ ਕੇ ਪਹੁੰਚੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇੱਥੇ ਆਓ ਸਾਰੇ ਜਣੇ ਅਤੇ ਹੋਰ ਵੀ ਜਿਹੜੇ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਲੋਕ ਆ ਉਹ ਵੀ ਆਉਣ ਅਤੇ ਆਣ ਕੇ ਇੱਥੇ ਸਾਰਾ ਆਪਣਾ ਸੇਵਾ ਦੇ ਵਿੱਚ ਹਿੱਸਾ ਪਾਉਣ ਆਣ ਕੇ ਅਤੇ ਸਾਰੇ ਨੌਜਵਾਨਾਂ ਨੂੰ ਇਹੋ ਅਸੀਂ ਅਰਦਾਸ ਕਰਦੇ ਹਾਂ ਵੀ ਸਾਰੇ ਇੱਥੇ ਪਹੁੰਚਣ ਅੱਜ ਤੁਸੀਂ ਕੇਸਰੀ ਦਸਤਾਰਾ ਸਜਾ ਕੇ ਕੀ ਸੁਨੇਹਾ ਦੇ ਰਹੇ ਹੋ ਨੌਜਵਾਨਾਂ ਨੂੰ ਬਸ ਇਹੀ ਵੀ ਜਿਹੜੇ ਚੰਗੇ ਚੱਲੇ ਆ ਰਾਵਾਂ ਦੇ ਉਹਨਾਂ ਦੇ ਮਗਰ ਚੱਲੋ ਜਿੱਦਾਂ ਸਾਡੇ ਭਗਤ ਸਿੰਘ ਆ ਭਾਈ ਵੀਰ ਜੀ ਕਰਤਾਰ ਸਰਾਭਾ ਇਹਨਾਂ ਦੇ ਜਿਹੜੇ ਅਸੂਲ ਆ ਉਹਨਾਂ ਦੇ ਚੱਲੋ ਸਾਡੇ ਨਾਲ ਇੱਥੇ ਜਮਹੂਰੀ ਕਿਸਾਨ ਸਭਾ ਦੀ ਹਮਾਇਤ ਦੇ ਵਿੱਚ ਨੌਜਵਾਨ ਜਿਹੜੇ ਪਹੁੰਚੇ ਆ ਉਹਨਾਂ ਦੇ ਜਿਹੜੇ ਸੂਬਾਈ ਆਗੂ ਵੀ ਹੈਗੇ ਆ ਪ੍ਰਗਟ ਸਿੰਘ ਜੀ ਜਾਮਾ ਰਾਏ ਉਹਨਾਂ ਦੇ ਕੋਲੋਂ ਵੀ ਦੋ ਸ਼ਬਦ ਜਿਹੜੇ ਆ ਉਹ ਸੁਣਦੇ ਆ ਅੱਜ ਪਹਿਲੀ ਗੱਲ ਆ ਵੀ ਬਹੁਤ ਪਵਿੱਤਰ ਦਿਹਾੜਾ ਇਸ ਦਿਹਾੜੇ ਦੇ ਉੱਤੇ ਜਿੱਥੇ ਮੈਂ ਸਾਰੇ ਹੀ 40 ਮੁਕਤਿਆਂ ਦੀ ਧਰਤੀ ਮੁਕਤਸਰ ਅੱਜ ਮਾਘੀ ਦਾ ਦਿਹਾੜਾ ਆ ਉਹਦੇ ਉੱਤੇ ਅਸੀਂ ਅੱਜ ਜਿਹੜਾ ਪਰਨ ਕਰਦੇ ਹਾਂ ਅਤੇ ਅੱਜ ਇਸ ਦਿਹਾੜੇ ਦੀ ਬੜੀ ਅਹਿਮੀਅਤ ਆ ਵੀ ਜਦੋਂ ਗੁਰੂ ਜੀ ਸਾਡੇ ਲੜ ਰਹੇ ਸੀ ਉਸ ਵੇਲੇ ਕੁਝ ਲੋਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਦੇ ਹੋਏ ਬਦਾਵਾ ਦੇ ਕੇ ਚਲੇ ਗਏ ਸੀ ਅਤੇ ਮੁਕਤਸਰ ਦੀ ਧਰਤੀ ਦੇ ਉੱਤੇ ਉਹ ਜਿਹੜਾ ਬਦਾਵਾ ਪਾਟਾ ਸੀ ਸਿਰ ਦੇ ਕੇ ਇਸ ਕਰਕੇ ਅੱਜ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਇਸ ਦਿਨ ਦੇ ਉੱਤੇ ਜਿਹੜੇ ਨੌਜਵਾਨ ਆਏ ਆ ਜਿਹੜੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਆ ਜਿਹੜੇ ਉਹ ਗੁਰੂਆਂ ਦੇ ਵਿਰਸੇ ਨੂੰ ਦਰਸਾਉਂਦੇ ਹੋਏ ਕੇਸਰੀ ਰੰਗ ਦੇ ਪਰਨੇ ਜਿਹੜੇ ਆ ਉਹ ਉਹਨਾਂ ਵਰਗੀਆਂ ਭਗਤ ਸਿੰਘ ਵਰਗੀਆਂ ਪੱਗਾਂ ਸਜਾ ਕੇ ਅੱਜ ਸਾਰੇ ਸਿੰਘੂ ਬਾਰਡਰ ਦੇ ਉੱਤੇ ਇਹਨਾਂ ਨੇ ਮਾਰਚ ਕਰਕੇ ਸੁਨੇਹਾ ਦੇਣਾ ਅੱਜ ਅਸੀਂ ਇਹ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਵੇਂ ਇਹ ਨੌਜਵਾਨ ਹਿੰਮਤ ਕਰਕੇ ਇੱਥੇ ਬੈਠੇ ਆ ਆਪਾਂ ਵੀ ਉਹ ਮੁਕਤਸਰ ਦੀ ਧਰਤੀ ਤੋਂ ਜਿਹੜਾ ਸੁਨੇਹਾ ਮਿਲਦਾ ਵੀ ਸਾਡਾ ਲੜਨ ਦਾ ਅੰਦੋਲਨ ਦਾ ਅਤੇ ਉਹ ਅੱਜ ਉਸ ਨਾਰੇ ਨੂੰ ਲੈ ਕੇ ਅੱਗੇ ਵਧੀਏ ਅਤੇ ਘਰਾਂ 'ਚ ਬਦਾਵੇ ਵਾਲੀ ਸਥਿਤੀ 'ਚ ਨਾ ਰਹੀਏ ਅਸੀਂ ਆਪਣੇ ਸਿਰ ਦੇਣ ਆਪਣਾ ਸਾਰਾ ਕੁਝ ਵਾਰਨ ਲਈ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਵਾਪਸ ਕਰਾ ਕੇ ਜਾਣਾ ਉਹਦੇ ਲਈ ਮੇਰੀ ਬੇਨਤੀ ਆ ਵੀ ਇਹ ਜਿਹੜਾ ਅੰਦੋਲਨ ਆ ਬਿਲਕੁਲ ਸ਼ਾਂਤਮਈ ਅੰਦੋਲਨ ਆ ਪਿਛਲੇ ਸਮੇਂ 'ਚ ਬੜਾ ਇਹ ਸ਼ਾਂਤਮਈ ਚੱਲਦਾ ਆ ਅਤੇ ਇਹਦੀ ਸਫਲਤਾ ਵੀ ਇਸੇ 'ਚ ਆ ਸਰਕਾਰ ਨੇ ਬੜੇ ਕੁਝ ਯਤਨ ਪਹਿਲਾਂ ਪਾੜਨ ਦੇ ਵੱਖ ਵੱਖ ਨਾਰਿਆਂ ਹੀ ਦਿੱਤੇ ਫਿਰ ਕੋਰਟਾਂ ਦਾ ਸਹਾਰਾ ਵੀ ਲਿਆ ਲੋਕੋ ਅਸੀਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਦਾਲਤਾਂ ਦੇ ਵਿੱਚ ਕੋਈ ਸਾਡਾ ਇਹ ਮਸਲਾ ਸੁਣਨ ਲਈ ਕੋਈ ਰਿੱਟ ਨਹੀਂ ਸੀ ਉਹ ਰਿੱਟ ਸੀ ਸਾਡਾ ਇਹ ਜਿਹੜਾ ਇੱਥੋਂ ਖਾਲੀ ਕਰਾਉਣ ਦਾ ਪਰ ਉਹਦੇ ਉੱਤੇ ਵੀ ਕੋਰਟਾਂ ਦਾ ਜਿਹੜਾ ਵਤੀਰਾ ਸੀ ਵੀ ਉਹ ਸਾਡੇ ਪਹਿਲਾਂ ਪੱਖ ਦੇ ਵਿੱਚ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਤਬਦੀਲੀ ਦੇ ਨਾਲ ਜਿਸ ਤਰੀਕੇ ਨਾਲ ਜੋੜਿਆ ਗਿਆ ਉਹ ਬੜਾ ਕੁਝ ਉਹਦੇ 'ਚ ਗਲਤ ਹੋਇਆ ਅਤੇ ਇਹ ਤੋਂ ਇਹ ਸੰਕੇਤ ਨਾ ਲੈ ਲਿਓ ਵੀ ਉਹ ਕਾਨੂੰਨ ਰੱਦ ਹੋ ਗਿਆ ਜਾਂ
स्टे हो गए आ, वह सिर्फ जिहड़ी कमेटी बनाई आ वह कमेटी भी साढ़े अखी घटा पाउण वाली आ। असी वो सारिया चालां नूं फेल करके इस अंदोलन दे विचों जित के जाना, इस करके 26 तरीक नूं इत्थे जिहड़ी आ आपां जिहड़ी परेड करनी आ, वह परेड दो तरह की आ, एक सरकारी परेड आ गणतंत्र दिवस ते, एक साडी किसानां दी परेड आ। पर वह किसानां दी परेड असी कोई जे कई इस तरह का प्रचार जा रहा जिवें लाल किले ते झंडा चलाउण वाली आ, साडी परेड आ इत्थों असी आ मोर्चे अपने रखने आ। सिर्फ ट्रैक्टर मार्च करना तो उहदी सारी रूपरेखा साडी 16 तरीक नूं जिहड़ी मीटिंग होनी आ उहदे विच तैयार करके तुहानूं सुनेहा देना। इहदे लई 16 तरीक तों बाद जिस तरीके की किसान जथेबंदियां तुहानूं रूपरेखा लीक के दिंदियां उहदे मुताबक 20-21 तक वीरां कत के असी हर परिवार का एक मैंबर कह रहे हैं, किसान जथेबंदियां वालों संयुक्त मोर्चे वालों हर परिवार का एक मैंबर दिल्ली वालों आवे ते हर पिंड चो बीबियां दा 11 बीबियां दा घट्टो घट जथा वो जरूर दिल्ली दे विच पहुंचे ते आपो अपने ट्रैक्टर ट्रालियां लैके आओ ते उहदे नाल गाड़ी आपां ट्रैक्टर मार्च करांगे। उहदी रूपरेखा की होगी इह जथेबंदियां कल सरकार नाल मीटिंग आ, उस तों बाद च मीटिंग करके तय करनगियां। इन्हां बेनतियां नाल बहुत बहुत धन्नवाद। वाहिगुरू जी का खालसा वाहिगुरू जी की फतेह। ए सी प्रगट सिंह जामा राय जमहूरी किसान सभा तो जिन्हां ने अगले जिहड़े संघर्ष है उहदी भी रूपरेखा देखी है ते वड्डी गिणती दे विच इत्थे जिस प्रकार दे नाल इह काफले चले होए आ असीं तुहाडे नाल सांझे कीते आ ते चाहवांगे संग्राम टीवी नूं होर वध तों वध सांझा भी करो तां कि अजिहियां संघर्षमई खबरां असीं तुहाडे नाल सांझियां करदे रहीए। मैं धर्मिंदर सिंह, मेरे नाल गुरसेवक।